ਹਾਂਜੀ ਸਟੂਡੈਂਟਸ, ਤੁਹਾਡਾ ਸਵਾਗਤ ਹੈ ਜੀ। ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ PSTET ਪੇਪਰ 2 ਦਾ ਸਿਲੇਬਸ। ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ SST, ਹਾਂਜੀ, ਸੋਸ਼ਲ ਸਾਇੰਸ ਦਾ ਜੋ PSTET ਦਾ ਸਿਲੇਬਸ ਹੈ ਉਹ ਕਿਹੜਾ ਕਿਹੜੇ ਟੌਪਿਕ ਹੈ ਜਿਹੜੇ ਉਹ ਕਵਰ ਹੋਣਗੇ, ਅਤੇ ਕਿਹੜੇ ਕਿਹੜੇ ਟੌਪਿਕ ਵਿੱਚੋਂ ਕਿਹੜੇ ਟੌਪਿਕ ਇੰਪੋਰਟੈਂਟ ਅਤੇ ਮੋਸਟ ਇੰਪੋਰਟੈਂਟ ਹੈ, ਅਤੇ ਬੁੱਕਸ ਆਪਾਂ ਕਿਹੜੀਆਂ ਕਿਹੜੀਆਂ ਪੜ੍ਹਨੀਆਂ, ਉਹਨਾਂ ਦੀ ਗੱਲ ਵੀ ਆਪਾਂ ਇਸ ਵੀਡੀਓ ਵਿੱਚ ਕਰਾਂਗੇ। ਸੋ ਫੋਰਮ ਕਦੋਂ ਸ਼ੁਰੂ ਹੋਣੇ ਆ ਜੇਕਰ ਉਸ ਦੀ ਗੱਲ ਕਰੀਏ ਤਾਂ, ਜੋ ਆਪਣਾ ਐਗਜ਼ਾਮ ਡੇਟ ਆਈ ਹੈ ਉਹ ਤੁਸੀਂ ਲਾਸਟ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਿਆ ਹੀ ਹੈ, ਜਾ ਕੇ ਉਸ ਵੀਡੀਓ ਨੂੰ ਵੀ ਦੇਖ ਲੈਣਾ, ਉਸ ਦੇ ਵਿੱਚ ਸਾਰੀ ਡਿਟੇਲ ਦੱਸੀ ਹੋਈ ਹੈ। ਅਤੇ ਉਸ ਤੋਂ 1 ਮਹੀਨਾ ਪਹਿਲਾਂ ਤੁਹਾਡੇ ਫੋਰਮਸ ਆ ਜਿਹੜੇ ਉਹ ਓਪਨ ਹੋ ਜਾਣਗੇ। ਸੋ ਇਸ ਦੇ ਵਿੱਚ ਤੁਹਾਡਾ ਜਿਹੜਾ ਪੇਪਰ 2 ਹੈ ਉਸ ਦੇ ਲਈ, ਤੁਹਾਡੀ ਐਲੀਜੀਬਿਲਟੀ ਦੇ ਲਈ, ਤੁਹਾਡੀ ਜੋ ਗ੍ਰੈਜੂਏਸ਼ਨ ਪਲੱਸ BEd ਹੈ ਜਾਂ ਫਿਰ BA BEd ਹੈ ਜਿਹੜੀ ਉਹ ਕੀਤੀ ਹੋਣੀ ਜ਼ਰੂਰੀ ਹੈ। ਸੋ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਸਿਲੇਬਸ ਦੇ ਉੱਪਰ, ਸਿਲੇਬਸ ਦੇ ਵਿੱਚ ਕਿਹੜੇ ਕਿਹੜੇ ਟੌਪਿਕ ਹੈ ਅਤੇ ਐਗਜ਼ਾਮ ਦਾ ਸਟਰਕਚਰ ਕੀ ਹੈ ਉਸ ਦੀ ਗੱਲ ਕਰ ਲੈਂਦੇ ਹਾਂ। ਹਾਂਜੀ ਸਟੂਡੈਂਟਸ, ਜੇਕਰ ਆਪਾਂ ਗੱਲ ਕਰੀਏ ਪੇਪਰ 2 ਦੀ, ਜੋ ਕਿ 6ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਪੜ੍ਹਾਉਣ ਦੇ ਇੱਛੁਕ ਕੈਂਡੀਡੇਟਸ ਦਾ ਪਾਸ ਕਰਨਾ ਜ਼ਰੂਰੀ ਹੈ, ਅਤੇ ਉਸ ਤੋਂ ਬਾਅਦ ਮਾਸਟਰ ਕੇਡਰ ਲਈ ਐਲੀਜੀਬਿਲਟੀ ਲਈ ਵੀ ਇਹ ਜ਼ਰੂਰੀ ਹੈ। ਇਹਦਾ ਇੱਕ ਸਟਰਕਚਰ ਦੀ ਗੱਲ ਕਰੀਏ ਤਾਂ ਐਗਜ਼ਾਮ ਤੁਹਾਡਾ 2.5 ਘੰਟਿਆਂ ਦਾ ਪੇਪਰ ਹੋਵੇਗਾ, ਜਿਸ ਦੇ ਵਿੱਚ ਤੁਹਾਨੂੰ 150 ਜਾਣੀ ਕਿ 150 ਕੁਐਸਚਨ ਹੈ ਜਿਹੜੇ ਉਹ ਦਿੱਤੇ ਜਾਣਗੇ। MCQ ਟਾਈਪ ਤੁਹਾਡਾ ਪੇਪਰ ਹੋਵੇਗਾ। ਇਸ ਦੇ ਵਿੱਚ ਤੁਹਾਡੇ ਕੰਟੈਂਟ ਹੈ ਜਿਹੜੇ ਉਹ ਟੋਟਲ 4 ਭਾਗਾਂ ਦੇ ਵਿੱਚ ਵੰਡੇ ਹੋਏ ਹੋਣਗੇ। ਇਸ ਦੇ ਵਿੱਚ ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਤੁਹਾਡਾ ਪਹਿਲਾ ਜਿਹੜਾ ਹਿੱਸਾ ਹੈ ਉਹ ਹੋਵੇਗਾ ਚਾਈਲਡ ਡਿਵੈਲਪਮੈਂਟ ਪੈਡਾਗੋਗੀ, ਜਿਸ ਨੂੰ ਆਪਾਂ CDP ਕਹਿੰਦੇ ਹਾਂ। ਇਸ ਦੇ ਵਿੱਚ 30 ਕੁਐਸਚਨ ਹੋਣਗੇ, 30 ਨੰਬਰ ਦਾ ਹੋਵੇਗਾ। ਉਸ ਤੋਂ ਬਾਅਦ ਦੂਸਰਾ ਜਿਹੜਾ ਭਾਗ ਹੋਵੇਗਾ ਉਹ ਹੋਵੇਗਾ ਲੈਂਗੁਏਜ 1, ਜੋ ਕਿ ਪੰਜਾਬੀ ਹੋਵੇਗੀ, ਔਰ ਇਹ ਕੰਪਲਸਰੀ ਹੋਵੇਗੀ, ਔਰ ਇਸ 'ਤੇ ਵੀ 30 ਨੰਬਰ ਹੋਣਗੇ, 30 MCQ ਹੋਣਗੇ, ਹਰੇਕ MCQ 1 ਨੰਬਰ ਦਾ ਹੋਵੇਗਾ। ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਹਾਲੇ ਤੱਕ ਨੈਗੇਟਿਵ ਮਾਰਕਿੰਗ ਹੈ ਨਹੀਂ, ਠੀਕ ਹੈ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਲੈਂਗੁਏਜ 2 ਆ ਜਿਹੜਾ ਉਹ ਤੀਜਾ ਹਿੱਸਾ ਹੋਵੇਗਾ ਆਪਣਾ, ਇਹ ਵੀ 30 ਨੰਬਰ ਦੀ ਹੋਵੇਗੀ। ਭਾਵ ਕਿ CDP, ਪੰਜਾਬੀ ਅਤੇ ਅੰਗਰੇਜ਼ੀ ਇਹ ਤਿੰਨੇ ਹੀ 30-30 ਨੰਬਰ ਦੇ ਹੋਣਗੇ, ਅਤੇ ਟੋਟਲ 90 ਨੰਬਰ ਆ ਜਿਹੜੇ ਇਹ ਤਿੰਨੇ ਕਵਰ ਕਰਨਗੇ। ਉਸ ਤੋਂ ਬਾਅਦ 60 ਨੰਬਰ ਦਾ ਤੁਹਾਡਾ ਸਬਜੈਕਟ ਦਾ ਪੇਪਰ ਹੋਵੇਗਾ, ਉਹ ਤੁਹਾਡਾ ਜਿਹੜਾ ਹੈ ਮੈਥ ਔਰ ਸਾਇੰਸ ਵੀ ਹੋ ਸਕਦਾ, ਅਤੇ SST ਜਾਣੀ ਕਿ SS ਸੋਸ਼ਲ ਸਟੱਡੀਜ਼ ਆ ਜਿਹੜਾ ਉਹ ਵੀ ਹੋ ਸਕਦਾ। ਹੁਣ ਉਹ ਤੁਹਾਡੇ 'ਤੇ ਹੈ ਕਿ ਤੁਹਾਡਾ ਕੋਂਬੀਨੇਸ਼ਨ ਕੀ ਬਣਦਾ। ਜੇਕਰ ਤੁਸੀਂ ਕੋਂਬੀਨੇਸ਼ਨ ਆਲ ਰਿਲੇਟਡ ਵੀਡੀਓ ਚਾਹੁੰਦੇ ਹੋ ਕਿ ਆਪਾਂ ਬਣਾਈਏ ਤਾਂ ਕਮੈਂਟ ਕਰਕੇ ਦੱਸ ਦਿਓ, ਉਸ ਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦੇ ਦੇਵਾਂਗੇ ਕਿ ਕਿਹੜਾ ਕੈਂਡੀਡੇਟ ਕਿਹੜਾ ਪੇਪਰ ਭਰ ਸਕਦਾ। ਤਾਂ ਇੱਥੇ ਸਭ ਤੋਂ ਪਹਿਲਾਂ ਆਪਾਂ ਇਸ ਵੀਡੀਓ ਵਿੱਚ, ਜਿਵੇਂ ਥੰਬਨੇਲ ਵਿੱਚ ਤੁਸੀਂ ਦੇਖਿਆ, ਆਪਾਂ SST ਦੇ ਸਿਲੇਬਸ ਦੀ ਗੱਲ ਕਰਨੀ ਹੈ, ਮੈਥ ਸਾਇੰਸ ਦੀ ਨੈਕਸਟ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ ਇੱਥੇ SST 60 ਨੰਬਰ ਦੀ ਆਵੇਗੀ। ਤਾਂ SST ਦੇ ਵਿੱਚ ਤੁਹਾਡੇ ਕਿਹੜੇ ਮੋਸਟ ਇੰਪੋਰਟੈਂਟ ਟੌਪਿਕਸ ਆ ਜਿਹੜੇ ਉਹ ਹੋਣਗੇ, ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ CDP ਦੀ। SST ਬਾਰੇ ਵੀ ਦੱਸਾਂਗੇ, CDP ਬਾਰੇ ਪਹਿਲਾਂ ਗੱਲ ਕਰ ਲਈਏ ਤਾਂ CDP ਦੇ ਵਿੱਚ 30 ਨੰਬਰ ਦੀ CDP ਆਵੇਗੀ, ਚਾਈਲਡ ਡਿਵੈਲਪਮੈਂਟ ਪੈਡਾਗੋਗੀ, ਜਿਸ ਦੇ ਵਿੱਚ ਤੁਹਾਡਾ ਜਿਹੜਾ ਹੈ ਕਨਸੈਪਟ ਆਫ ਡਿਵੈਲਪਮੈਂਟ ਆ ਜਿਹੜਾ ਮੋਸਟ ਇੰਪੋਰਟੈਂਟ, ਇਸ ਦੇ ਵਿੱਚ 2-3 ਨੰਬਰ ਦਾ ਜਿਹੜੇ ਕੁਐਸਚਨਸ ਹੈ ਉਹ ਆਉਂਦੇ ਆ ਡਿਵੈਲਪਮੈਂਟ ਵਾਲੇ 'ਚੋਂ। ਇਸ ਦੇ ਵਿੱਚ ਪ੍ਰਿੰਸੀਪਲ ਵੀ ਹੁੰਦੇ ਹੈ, ਕਨਸੈਪਟ ਹੁੰਦਾ ਹੈ, ਰਿਲੇਸ਼ਨਸ਼ਿਪ ਵਿਦ ਲਰਨਿੰਗ ਹੈ। ਇਸ ਤੋਂ ਇਲਾਵਾ ਤੁਹਾਡਾ ਇਹਦੇ ਵਿੱਚੋਂ 3 ਨੰਬਰ ਆਉਣਗੇ, ਉਸ ਤੋਂ ਬਾਅਦ ਆ ਜਾਂਦਾ ਹੈ
ਹੈਰੀਡਿਟੀ ਅਤੇ ਇਨਵਾਇਰਮੈਂਟ, ਇਸ ਦੇ ਵਿੱਚੋਂ 2 ਨੰਬਰ ਤੁਹਾਡੇ ਪੱਕੇ ਆ, ਪੱਕੇ ਹੀ ਆਉਣਗੇ। ਕਿਹੜੇ ਕਿਹੜੇ ਟੌਪਿਕਸ 'ਚ ਆਉਣਗੇ ਜਦੋਂ ਜਦੋਂ ਆਪਾਂ ਤੁਹਾਨੂੰ ਪੜ੍ਹਾਵਾਂਗੇ ਨਾ, ਇਕੱਲੀ ਇਕੱਲੀ ਚੀਜ਼ ਆ ਜਿਹੜੀ ਉਹ ਤੁਹਾਨੂੰ ਦੱਸ ਦਾਂਗੇ, ਕਿਉਂਕਿ ਮੈਂ ਖੁਦ ਪੀ ਐਸ ਟੈਟ ਕਲੀਅਰ ਕੀਤਾ ਹੋਇਆ ਹੈ, ਇਸੇ ਕਰਕੇ ਮੈਨੂੰ ਪਤਾ ਹੈ ਕਿ ਕਿਹੜੇ ਪਾਸਿਓਂ ਕਿਹੜੇ ਕੁਐਸਚਨ ਆਉਂਦੇ ਹੈ। ਪ੍ਰੀਵੀਅਸ ਈਅਰ ਯਾਨੀ ਕਿ ਪਿਛਲੇ ਸਾਲਾਂ ਦੇ ਕੁਐਸਚਨ ਵੀ ਆਪਾਂ ਕਰਾਂਗੇ। ਸੋ ਉਸ ਤੋਂ ਬਾਅਦ ਸੋਸ਼ਲਾਈਜੇਸ਼ਨ ਹੈ, ਇਸ ਦੇ ਵਿੱਚ ਸੋਸ਼ਲ ਵਰਲਡ, ਜਿਸ ਦੇ ਵਿੱਚ ਬੱਚੇ ਦਾ ਮਾਪਿਆਂ ਨਾਲ, ਅਧਿਆਪਕਾਂ ਨਾਲ ਅਤੇ ਉਸਦੇ ਸਹਿਪਾਠੀਆਂ ਦੇ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ ਹੈ, ਇਸ ਦਾ ਕੀ ਉਸਦੀ ਸਟੱਡੀ ਦੇ ਉੱਪਰ, ਉਸਦੀ ਲਰਨਿੰਗ ਉੱਪਰ, ਉਸਦੀ ਡਿਵੈਲਪਮੈਂਟ ਦੇ ਉੱਪਰ ਕੀ ਪ੍ਰਭਾਵ ਹੈ, ਇਸ ਦੇ ਨਾਲ ਰਿਲੇਟਡ ਜਿਹੜੇ ਕੁਐਸਚਨਸ ਹੈ ਉਹ ਆਉਂਦੇ ਹੈ। ਉਸ ਤੋਂ ਬਾਅਦ ਨੈਕਸਟ ਟੌਪਿਕ ਆ ਜਾਂਦਾ, ਜਿਹੜਾ ਉਹ ਆ ਜਾਂਦਾ ਹੈ ਜੀਨ ਪਿਆਜ਼ੇ, ਮੋਸਟ ਇੰਪੋਰਟੈਂਟ ਹੈ, 2 ਨੰਬਰ ਪੱਕੇ ਆਉਣਗੇ। ਕੋਲਬਰਗ ਦੇ ਵਿੱਚੋਂ 1 ਜਾਂ 2 ਨੰਬਰ ਪੱਕੇ ਆਉਣਗੇ। ਵਿਗੋਸਤਗੀ ਦੇ ਵਿੱਚੋਂ 2 ਨੰਬਰ ਪੱਕੇ ਹੀ ਆਉਣਗੇ। ਉਸ ਤੋਂ ਬਾਅਦ ਕਨਸੈਪਟ ਆਫ ਚਾਇਲਡ ਸੈਂਟਰਡ, 2 ਨੰਬਰ ਇਸ ਦੇ ਵਿੱਚੋਂ ਪੱਕੇ ਆਉਣਗੇ। ਉਸ ਤੋਂ ਬਾਅਦ ਆ ਜਾਂਦਾ ਹੈ ਜੋ ਇੰਟੈਲੀਜੈਂਸ ਹੈ, ਇੰਟੈਲੀਜੈਂਸ ਮੋਸਟ ਇੰਪੋਰਟੈਂਟ ਹਿੱਸਾ ਹੈ ਔਰ ਕਾਫੀ ਵਾਸਟ ਹਿੱਸਾ ਹੈ, ਅਤੇ ਇਸ ਦੇ ਵਿੱਚੋਂ 3 ਤੋਂ 4 ਨੰਬਰ ਹੋ ਸਕਦਾ, ਕਈ ਵਾਰ 5-5 ਨੰਬਰ ਤੱਕ ਦਾ ਪੇਪਰ ਵੀ ਇਸ ਦੇ ਵਿੱਚੋਂ ਆ ਜਾਂਦਾ। ਇਸ ਦੇ ਵਿੱਚ ਆਈ ਕਿਊ ਕੀ ਹੈ, ਆਈ ਕਿਊ ਨਾਲ ਰਿਲੇਟਡ ਕੇ ਪਹਿਲੀ ਜਿਹੜੀ ਇੰਟੈਲੀਜੈਂਸ ਨਾਲ ਜਾਂਚਣ ਦੇ ਲਈ ਲੈਬ ਕਿੱਥੇ ਬਣੀ ਹੈ, ਕਿਸ ਨੇ ਬਣਾਈ ਹੈ, ਭਾਰਤ ਵਿੱਚ ਕਿੱਥੇ ਬਣੀ ਹੈ, ਦੁਨੀਆ 'ਚ ਕਿੱਥੇ ਬਣੀ ਹੈ, ਸੋ ਉਹ ਸਾਰਾ ਕੁਛ ਹੈ ਜਿਹੜਾ ਇਸ ਦੇ ਵਿੱਚ ਆਉਂਦਾ। ਉਸ ਤੋਂ ਬਾਅਦ ਨੈਕਸਟ ਆ ਜਾਂਦਾ ਲੈਂਗੁਏਜ ਅਤੇ ਥੋਟ, ਲੈਂਗੁਏਜ ਕੀ ਹੈ, ਭਾਸ਼ਾ ਕੀ ਹੈ, ਥੋਟ ਦਾ ਲੈਂਗੁਏਜ ਦਾ ਆਪਸ ਵਿੱਚ ਕੀ ਸੰਬੰਧ ਆ, ਉਹ ਸਾਰੇ ਕੁਐਸਚਨ ਉਸ ਦੇ ਵਿੱਚ ਆਉਂਦੇ ਹੈ। ਫਿਰ ਜੈਂਡਰ, ਜੈਂਡਰ ਦਾ ਰੋਲ ਕੀ ਹੈ ਐਜੂਕੇਸ਼ਨ ਦੇ ਵਿੱਚ, ਡਿਵੈਲਪਮੈਂਟ ਵਿੱਚ, ਬੱਚੇ ਉੱਪਰ ਇਸ ਦਾ ਕੀ ਪ੍ਰਭਾਵ ਪੈਂਦਾ ਹੈ, ਇਸ ਦੇ ਵਿੱਚ ਜੈਂਡਰ ਵਾਈਜ਼ ਜਿਹੜਾ ਜੈਂਡਰ ਦੇ ਆਧਾਰ 'ਤੇ ਮਤ ਭੇਦ ਕੀਤਾ ਜਾਂਦਾ, ਕਲਾਸ ਵਿੱਚ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਕਿਵੇਂ ਤੁਸੀਂ ਇਸ ਨੂੰ ਦੂਰ ਕਰ ਸਕਦੇ ਹੋ, ਠੀਕ ਹੈ, ਉਹ ਚੀਜ਼ਾਂ। ਉਸ ਤੋਂ ਬਾਅਦ ਆ ਜਾਂਦਾ ਇੰਡੀਵਿਜੁਅਲ ਡਿਫਰੈਂਸ ਹੈ, ਇੰਡੀਵਿਜੁਅਲ ਡਿਫਰੈਂਸ ਦੇ ਵਿੱਚੋਂ ਵੀ 2 ਤੋਂ 3 ਨੰਬਰ ਦਾ ਕੁਐਸਚਨ ਆਮ ਦੇਖਣ ਨੂੰ ਮਿਲਦਾ, ਜਿਸ ਦੇ ਵਿੱਚ ਜੈਂਡਰ, ਕਾਸਟ, ਲੈਂਗੁਏਜ, ਕਮਿਊਨਿਟੀ, ਰਿਲੀਜਨ, ਇਹਨਾਂ ਚੀਜ਼ਾਂ ਦੇ ਨਾਲ ਰਿਲੇਟਡ ਜਿਹੜਾ ਟੌਪਿਕਸ ਉਹ ਪੁੱਛੇ ਜਾਂਦੇ ਆ। ਉਸ ਤੋਂ ਬਾਅਦ ਨੈਕਸਟ ਆ ਜਾਂਦਾ ਅਸੈਸਮੈਂਟ, ਇਸ ਦੇ ਵਿੱਚ ਅਸੈਸਮੈਂਟ ਦੇ ਵਿੱਚ ਆ ਜਾਂਦਾ ਕਿ ਕਲਾਸ ਵਿੱਚ ਅਸੈਸਮੈਂਟ ਕਿਵੇਂ ਹੁੰਦੀ ਹੈ, ਕਿਹੜੇ ਤਰੀਕੇ ਹੈ, ਕਿਵੇਂ ਉਸ ਨੂੰ ਇੰਪਰੂਵਮੈਂਟ ਲਿਆਂਦੀ ਜਾ ਸਕਦੀ ਹੈ, ਅਸੈਸਮੈਂਟ ਪਲੱਸ ਐਨਾਲਾਈਜ਼ ਕਿਵੇਂ ਕੀਤਾ ਜਾ ਸਕਦਾ, ਉਸ ਨਾਲ ਰਿਲੇਟਡ ਕੁਐਸਚਨਸ ਆ ਜਿਹੜੇ ਉਹ ਆਉਂਦੇ ਆ, ਅਵੈਲੂਏਸ਼ਨ ਹੁੰਦੀ ਹੈ। ਉਸ ਤੋਂ ਬਾਅਦ ਨੈਕਸਟ ਜਿਹੜਾ ਆ ਜਾਂਦਾ ਉਹ ਆ ਜਾਂਦਾ ਕਿ ਇਨਕਲੂਸਿਵ ਐਜੂਕੇਸ਼ਨ ਹੈ, ਜਿਹੜੀ ਕਲਾਸ ਦੇ ਵਿੱਚ ਘੱਟ ਸਿੱਖਣ ਯੋਗ ਵਿਦਿਆਰਥੀ ਹੈ ਜਿਹੜੇ, ਜਾਂ ਫਿਰ ਜਿਨ੍ਹਾਂ ਨੂੰ ਕੋਈ ਫਿਜ਼ੀਕਲੀ ਪ੍ਰੋਬਲਮ ਹੈ, ਜਾਂ ਕੋਈ ਚੱਲ ਫਿਰ ਨਹੀਂ ਸਕਦਾ ਅੱਖਾਂ ਤੋਂ, ਹੈਂਡੀਕੈਪਟਡ ਤੌਰ 'ਤੇ, ਜਾਂ ਕੋਈ ਵੀ ਪ੍ਰੋਬਲਮ ਹੈ, ਉਹਨਾਂ ਨੂੰ ਦੂਸਰੇ ਬੱਚਿਆਂ ਦੇ ਨਾਲ ਕਿਵੇਂ ਪੜ੍ਹਾਉਣਾ ਹੈ, ਕਿਹੜੀਆਂ ਮੈਥਡਸ ਹੈ ਯੂਜ਼ ਕਰਨੇ ਹੈ, ਠੀਕ ਹੈ, ਉਹਨਾਂ ਨੂੰ ਉਹਨਾਂ ਦੇ ਵਿੱਚ ਸ਼ਾਮਿਲ ਕਿਵੇਂ ਕਰਨਾ ਹੈ, ਕਿਹੜੀਆਂ ਵਿਧੀਆਂ ਹੁੰਦੀਆਂ, ਉਸ ਨਾਲ ਰਿਲੇਟਡ ਥੋੜ੍ਹੇ ਜਿਹੇ ਕੁਐਸਚਨ ਇਸ ਦੇ ਵਿੱਚ 1-2 ਨੰਬਰ ਦੇ ਪੁੱਛੇ ਜਾਂਦੇ ਹੈ। ਉਸ ਤੋਂ ਬਾਅਦ ਲਰਨਿੰਗ ਐਂਡ ਪੈਡਾਗੋਗੀ ਦੇ ਵਿੱਚ ਬੱਚੇ ਦੀ ਪਰਫੋਰਮੈਂਸ ਨੂੰ ਕਿਵੇਂ ਇੰਪਰੂਵ ਕੀਤਾ ਜਾ ਸਕਦਾ, ਬੱਚਾ ਸਿੱਖਦਾ ਕਿਵੇਂ ਹੈ, ਬੱਚਾ ਫੇਲ ਕਿਵੇਂ ਹੁੰਦਾ ਹੈ, ਉਸਨੂੰ ਮੋਟੀਵੇਟ ਕਿਵੇਂ ਕੀਤਾ ਜਾ ਸਕਦਾ, ਉਸਨੂੰ ਦੁਬਾਰਾ ਰੀਸਟਾਰਟ ਕਿਵੇਂ ਕੀਤਾ ਜਾ ਸਕਦਾ, ਬੱਚਿਆਂ ਦੇ ਡਰੋਪ ਆਊਟ ਹੋਣ ਦੇ ਕਾਰਨ ਕੀ ਹੈ, ਇਸ ਨਾਲ ਰਿਲੇਟਡ ਕੁਐਸਚਨਸ ਇਸ ਦੇ ਵਿੱਚ ਆਉਂਦੇ ਹੈ। ਉਸ ਤੋਂ ਬਾਅਦ ਨੈਕਸਟ ਆ ਜਾਂਦਾ ਹੈ ਕਿ ਜੋ ਲੈਂਗੁਏਜ ਤੁਹਾਡੀ 1 ਹੈ ਪੰਜਾਬੀ, 30 ਨੰਬਰ ਦੀ ਆਵੇਗੀ। ਇਸ ਦੇ ਵਿੱਚ 2 ਪੈਰੇ ਹੋਣਗੇ, ਦੋਵਾਂ ਪੈਰਿਆਂ ਦੇ ਵਿੱਚੋਂ 1 ਪੋਇਮ 'ਚੋਂ ਵੀ ਹੋ ਸਕਦਾ, 2 ਪੋਇਮ 'ਚੋਂ ਵੀ ਹੋ ਸਕਦੇ ਆ, ਅਤੇ 2 ਪੈਰੇ ਜਿਹੜੇ ਕੰਪ੍ਰਹੈਂਸਿਵ ਵੀ ਹੋ ਸਕਦੇ ਆ। ਇਸ ਦੇ ਵਿੱਚ ਜਿਹੜੇ ਕੁਐਸਚਨਸ ਹੈ ਨਾ ਉਹ ਮੇਨ ਤੌਰ 'ਤੇ ਪੁੱਛੇ ਜਾਂਦੇ ਹੈ ਕਿ ਜੋ ਗਰਾਮਰ ਰਿਲੇਟਡ ਹੁੰਦਾ ਹੈ, ਵਰਬਲ ਅਬਿਲਿਟੀ ਨਾਲ ਰਿਲੇਟਡ ਹੁੰਦਾ ਹੈ, ਉਸ ਤੋਂ ਬਾਅਦ ਲਿਟਰੇਸੀ ਨਾਲ ਰਿਲੇਟਡ ਹੋ ਸਕਦਾ ਹੈ, ਸਾਇੰਟੀਫਿਕ ਨਰੇਟਿਵ 'ਤੇ
ਡਿਸਕਸਿਵ ਆ, ਤਾਂ ਇਸ ਨਾਲ ਰਿਲੇਟਡ ਜਿਹੜੇ ਪੈਰੇ ਦੇ ਵਿੱਚੋਂ ਕੁਐਸਚਨਸ ਆ ਉਹ ਲਏ ਜਾਂਦੇ ਆ ਅਤੇ ਉਹਨਾਂ ਨੂੰ ਅੱਗੇ ਤੋਰਿਆ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਆ ਜਿਹੜਾ ਉਹ ਆ ਜਾਂਦਾ ਪੈਡਾਗੋਗੀ ਨਾਲ ਰਿਲੇਟਡ ਪੰਜਾਬੀ ਦੀ, ਜਿਸ ਦੇ ਵਿੱਚ ਲਰਨਿੰਗ ਐਂਡ ਐਕੁਏਸ਼ਨ ਆ ਜਾਂਦਾ, ਪ੍ਰਿੰਸੀਪਲ ਆਫ ਲੈਂਗੁਏਜ ਟੀਚਿੰਗ ਆ ਜਾਂਦੇ ਆ, ਰੋਲ ਆਫ ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ, ਇਸ ਨਾਲ ਰਿਲੇਟਡ ਕੁਐਸਚਨ ਆ ਜਿਹੜੇ ਉਹ ਮੋਸਟ ਇੰਪੋਰਟੈਂਟ ਹੁੰਦੇ ਆ। ਉਸ ਤੋਂ ਬਾਅਦ ਲੈਂਗੁਏਜ ਸਕਿੱਲਸ ਕਿਹੜੀਆਂ ਹੁੰਦੀਆਂ, ਇਸ ਨੂੰ ਕਿਵੇਂ ਇੰਪਰੂਵ ਕੀਤਾ ਜਾ ਸਕਦਾ, ਕਲਾਸਰੂਮ ਲੈਂਗੁਏਜ, ਕਲਾਸਰੂਮ ਲੈਂਗੁਏਜ ਲੈਬ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ, ਉਸ ਨਾਲ ਰਿਲੇਟਡ ਕੁਐਸਚਨ ਇਸ ਦੇ ਵਿੱਚ ਪੁੱਛੇ ਜਾਂਦੇ ਹੈ। ਸੋ ਟੈਕਸਟ ਬੁੱਕ ਆ ਜਿਹੜੀ ਲੈਂਗੁਏਜ ਦੀ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਉਸਦੇ ਵਿੱਚ ਕਿਹੜੀ ਇੰਪਰੂਵਮੈਂਟ ਹੋਰ ਲਿਆਉਂਦੇ ਜਾ ਸਕਦੇ ਹੈ, ਬੱਚੇ ਦੇ ਉੱਪਰ ਉਸ ਦਾ ਕੀ ਇੰਪੈਕਟ ਪੈਂਦਾ ਹੈ, ਵਧੀਆ ਲਰਨਿੰਗ ਲਈ ਕਿਹੜੀ ਟੈਕਸਟ ਬੁੱਕ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਉਹ ਸਾਰਾ ਕੁਝ ਇਸ ਦੇ ਵਿੱਚ ਪੁੱਛਿਆ ਜਾਂਦਾ ਹੈ। ਸੇਮ ਇੰਗਲਿਸ਼ ਦਾ ਅਤੇ ਪੰਜਾਬੀ ਦਾ ਸਿਲੇਬਸ ਆ ਜਿਹੜਾ ਸੇਮ ਹੈ ਲਗਭਗ, ਸਿਰਫ ਲੈਂਗੁਏਜ ਹੀ ਚੇਂਜ ਹੁੰਦੀ ਹੈ। ਉਸਦੇ ਵਿੱਚ ਇੰਗਲਿਸ਼ ਵਿੱਚ ਕੁਐਸਚਨ ਪੁੱਛੇ ਜਾਂਦੇ ਹੈ, ਉਸ ਵਿੱਚ ਪੰਜਾਬੀ 'ਚ ਪੁੱਛੇ ਜਾਂਦੇ, ਆਲਮੋਸਟ ਸਿਲੇਬਸ ਆ ਜਿਹੜਾ ਉਹ ਸਾਰਾ ਸੇਮ ਹੀ ਹੁੰਦਾ ਹੈ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਨੈਕਸਟ, ਤਾਂ ਆਪਣਾ ਜਿਹੜਾ ਨੈਕਸਟ ਆ ਜਾਂਦਾ ਉਹ ਆ ਜਾਂਦਾ SST। ਹਾਂਜੀ, SST ਦਾ ਸਿਲੇਬਸ ਆ ਜਿਹੜਾ ਕਾਫੀ ਜ਼ਿਆਦਾ ਵਾਸਟ ਹੈ, ਜਿਸ ਦੇ ਵਿੱਚ ਤੁਹਾਡੀ ਹਿਸਟਰੀ, ਜੋਗ੍ਰਾਫੀ, ਫਿਜਿਕ ਆਪਣਾ ਆ ਜਾਂਦਾ ਹੈ, ਸਵਿਕਸ ਆ ਜਾਂਦੀ ਹੈ ਜਿਸਨੂੰ ਆਪਾਂ ਪੋਲੀਟੀਕਲ ਲਾਈਫ ਕਹਿ ਦਿੰਦੇ ਹਾਂ, ਸੋਸ਼ਲ ਲਾਈਫ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਇਸ ਨਾਲ ਰਿਲੇਟਡ ਪੈਡਾਗੋਗੀਕਲ ਕੁਐਸਚਨ ਆ ਜਿਹੜੇ ਉਹ ਪੁੱਛੇ ਜਾਂਦੇ ਹੈ, ਅਤੇ ਇਸ ਦੀ ਜਿਹੜੀ ਤਿਆਰੀ ਆ ਤੁਸੀਂ ਉਸ ਨੂੰ ਤੁਸੀਂ ਕਰ ਸਕਦੇ ਹੋ ਪਹਿਲੀ ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਚਾਰੇ ਜਿਹੜੇ ਪੋਰਸ਼ਨ ਹੈ ਆਪਣੇ SST ਦੇ, ਉਹਨਾਂ ਦੀ ਤਿਆਰੀ ਤੁਸੀਂ ਕਰਨੀ ਹੈ ਪਹਿਲੀ ਤੋਂ ਲੈ ਕੇ 8ਵੀਂ ਤੱਕ, ਔਰ ਕੋਸ਼ਿਸ਼ ਕਰੋ ਕਿ ਤੁਸੀਂ 12ਵੀਂ ਤੱਕ ਕਰ ਲਓ, ਘੱਟੋ ਘੱਟ 10ਵੀਂ ਤੱਕ ਤਾਂ ਕਰ ਹੀ ਲਓ। ਇਸ ਦੇ ਵਿੱਚ ਪੰਜਾਬ ਬੋਰਡ ਅਤੇ NCERT CBSE ਦੀਆਂ ਕਿਤਾਬਾਂ ਜ਼ਰੂਰ ਪੜ੍ਹੋ, ਇਸ ਦੇ ਲਈ ਉਹ ਮੋਸਟ ਇੰਪੋਰਟੈਂਟ ਹੈ। ਉਸ ਤੋਂ ਬਾਅਦ ਜੇਕਰ ਟੋਪਿਕਸ ਦੀ ਗੱਲ ਕਰੀਏ, ਤਾਂ ਟੋਪਿਕਸ ਇਸ ਦੇ ਵਿੱਚ ਨਾ ਜਿਹੜੇ ਆਉਂਦੇ ਹੈ ਉਹ ਮੋਸਟ ਇੰਪੋਰਟੈਂਟ ਟੋਪਿਕ ਹੈ ਜਿਹੜੇ, ਉਹਨਾਂ ਦੇ ਵਿੱਚ ਗੱਲ ਕਰੀਏ ਤਾਂ ਉਸ ਦੇ ਵਿੱਚ ਆਪਣਾ ਆ ਜਾਂਦਾ ਹਿਸਟਰੀ ਦਾ ਕਿ ਵੇਅਰ, ਵਿਨ, ਵੇਅਰ, ਹਾਓ, ਕਦੋਂ, ਕਿਵੇਂ, ਕਿੱਥੇ। ਉਸ ਤੋਂ ਬਾਅਦ ਅਰਲੀਅਰ ਸੋਸਾਇਟੀਜ਼ ਆ ਜਾਂਦੀਆਂ, ਫਾਸਟ ਸਿਟੀਜ਼ ਆ ਜਾਂਦੀਆਂ, ਅਰਲੀ ਸਟੇਟ, ਨਿਊ ਆਈਡੀਆਜ਼, ਫਾਸਟ ਇੰਪਾਇਰ, ਕੰਟਰੈਕਟ, ਉਸ ਤੋਂ ਬਾਅਦ ਪ੍ਰੈਜ਼ੈਂਟ ਲੈਂਡਸ ਆ ਜਾਂਦੀਆਂ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਕਲਚਰ, ਸਾਇੰਸ, ਕਿੰਗ ਐਂਡ ਕਿੰਗਡਮ, ਸੁਲਤਾਨ ਆਫ ਦਿੱਲੀ। ਉਸ ਤੋਂ ਬਾਅਦ ਆਰਕੀਟੈਕਚਰ ਦੇ ਨਾਲ ਰਿਲੇਟਡ ਕਾਫੀ ਕੁਐਸਚਨ ਪੁੱਛੇ ਜਾਂਦੇ ਆ, ਸੋਸ਼ਲ ਚੇਂਜ ਨਾਲ ਰਿਲੇਟਡ ਆ ਜਾਂਦੇ ਆ। ਸੋ ਜੋ ਰੋਇਲਟ ਐਕਟ ਪਾਸ ਹੋਇਆ ਸੀ 1857-58 ਵਾਲੀ ਆ ਜਾਂਦੀ ਹੈ, ਇਸ ਨਾਲ ਰਿਲੇਟਡ ਵੀ ਕਾਫੀ ਕੁਐਸਚਨ ਆ ਜਿਹੜੇ ਉਹ ਪੁੱਛੇ ਜਾਂਦੇ ਹੈ। ਉਸ ਤੋਂ ਬਾਅਦ ਨੈਸ਼ਨਲ ਮੂਵਮੈਂਟਸ ਆ ਜਿਹੜੀਆਂ ਇੰਡੀਆ ਦੇ ਵਿੱਚ ਆਜ਼ਾਦੀ ਨਾਲ ਰਿਲੇਟਡ ਕੁਐਸਚਨਸ ਹੈ ਉਹ ਪੁੱਛੇ ਜਾਂਦੇ ਆ, ਕਿਸ ਦੀ ਕੀ ਭੂਮਿਕਾ ਰਹੀ ਹੈ। ਉਸ ਤੋਂ ਬਾਅਦ ਜੋਗ੍ਰਾਫੀ ਦਾ ਸਿਲੇਬਸ ਬਹੁਤ ਥੋੜ੍ਹਾ ਜਿਹਾ ਹੈ, ਜਿਸ ਦੇ ਵਿੱਚ ਜੋਗ੍ਰਾਫੀ ਨਾਲ ਜੋ ਪਲੈਨਟ ਹੈ ਇਹਨਾਂ ਨਾਲ ਰਿਲੇਟਡ ਕਾਫੀ ਕੁਐਸਚਨ ਆਉਂਦੇ ਆ, 3-4 ਨੰਬਰ ਦੇ ਕੁਐਸਚਨ ਆ ਜਾਂਦੇ ਆ। ਗਲੋਬਲ ਨਾਲ ਰਿਲੇਟਡ ਵੀ 1-2 ਨੰਬਰ ਦੇ ਕੁਐਸਚਨ ਆ ਜਾਂਦੇ ਆ। ਹਵਾ ਅਤੇ ਏਅਰ ਅਤੇ ਆਪਣਾ ਵਾਟਰ, ਹਵਾ ਅਤੇ ਪਾਣੀ, ਇਸ ਨਾਲ ਰਿਲੇਟਡ 2-3 ਕੁਐਸਚਨ ਆ ਜਿਹੜੇ ਉਹ ਆਉਂਦੇ ਆ। ਹਿਊਮਨ ਇਨਵਾਇਰਮੈਂਟ ਨਾਲ ਰਿਲੇਟਡ ਵੀ ਕੁਐਸਚਨ ਆਉਂਦੇ ਆ, ਅਤੇ ਐਗਰੀਕਲਚਰ ਨਾਲ ਕਾਫੀ ਕੁਐਸਚਨ ਆ ਜਿਹੜੇ ਉਹ ਆਉਂਦੇ ਆ, ਅਤੇ ਐਗਰੀਕਲਚਰ ਨੂੰ ਤੁਸੀਂ ਇੱਕ ਸਪੈਸੀਫਿਕ ਸਬਜੈਕਟ ਦੇ ਤੌਰ 'ਤੇ ਜਿਹੜਾ ਹੁੰਦਾ ਕਿ 8ਵੀਂ, 9ਵੀਂ, 10ਵੀਂ, 11ਵੀਂ ਅਤੇ 12ਵੀਂ ਦੇ ਵਿੱਚ ਐਗਰੀਕਲਚਰ ਦੀਆਂ ਅਲੱਗ ਤੋਂ ਬੁੱਕਸ ਆਉਂਦੀਆਂ, ਉਹਨਾਂ ਨੂੰ ਜ਼ਰੂਰ ਪੜ੍ਹ ਲਿਓ। ਇਸ ਤੋਂ ਬਾਅਦ ਨੈਕਸਟ ਜਿਹੜਾ ਆ ਜਾਂਦਾ ਉਹ ਆ ਜਾਂਦਾ ਡਾਇਵਰਸਿਟੀ, ਜੋ ਕਿ ਆਪਣਾ ਸਿਵਿਕਸ ਆ ਜਾਂਦੀ ਹੈ। ਡਾਇਵਰਸਿਟੀ ਆ ਜਾਂਦੀ ਹੈ ਗੌਰਮੈਂਟ, ਲੋਕਲ ਗੌਰਮੈਂਟ, ਮੇਕਿੰਗ ਇਨ ਲਾਅ, ਡੈਮੋਕਰੇਸੀ, ਸਟੇਟ ਗੌਰਮੈਂਟ, ਅੰਡਰਸਟੈਂਡਿੰਗ ਮੀਡੀਆ ਅਤੇ ਅਨਪੈਕਿੰਗ ਜੈਂਡਰ ਅਤੇ ਕੰਸਟੀਟਿਊਸ਼ਨ। ਕੰਸਟੀਟਿਊਸ਼ਨ 'ਚੋਂ ਕਾਫੀ ਕੁਐਸਚਨ ਆਉਂਦੇ ਆ, ਡੈਮੋਕਰੇਸੀ ਨਾਲ ਰਿਲੇਟਡ, ਲੋਕਲ ਗੌਰਮੈਂਟ ਅਤੇ ਗੌਰਮੈਂਟ ਅਤੇ ਡਾਇਵਰਸਿਟੀ, ਇਹਨਾਂ ਨਾਲ ਰਿਲੇਟਡ ਕਾਫੀ ਕੁਐਸਚਨ ਆਉਂਦੇ ਆ। ਸਟੇਟ ਗੌਰਮੈਂਟ ਨਾਲ ਰਿਲੇਟਡ ਵੀ 2-3 ਨੰਬਰ ਦੇ ਕੁਐਸਚਨ ਆਉਂਦੇ ਆ। ਉਸ ਤੋਂ ਬਾਅਦ ਪਾਰਲੀਮੈਂਟ ਅਤੇ ਜੁਡੀਸ਼ਰੀ,
ਅਤੇ ਸੋਸ਼ਲ ਜਸਟਿਸ, ਇਹਨਾਂ ਦੇ ਵਿੱਚੋਂ ਵੀ ਦੋ ਦੋ ਤਿੰਨ ਤਿੰਨ ਨੰਬਰ ਦੇ ਕੁਐਸਚਨ ਆ ਜਿਹੜੇ ਪੱਕਾ ਹੁੰਦੇ ਆ। ਉਸ ਤੋਂ ਬਾਅਦ ਪੈਡਾਗੋਗੀਕਲ ਆ ਜਾਂਦਾ, ਪੈਡਾਗੋਗੀਕਲ ਦੇ ਵਿੱਚ ਕੰਸੈਪਟ ਨੇਚਰ ਆਫ ਸੋਸ਼ਲ ਸਾਇੰਸ ਆ ਜਾਂਦੀ ਹੈ, ਕਲਾਸਰੂਮ ਕਿੱਦਾਂ ਦਾ ਹੋਣਾ ਚਾਹੀਦਾ, ਕਲਾਸਰੂਮ ਐਕਟੀਵਿਟੀਜ਼ ਕਿਹੜੀਆਂ ਕਿਹੜੀਆਂ ਹੁੰਦੀਆਂ ਹੈ। ਉਸ ਤੋਂ ਬਾਅਦ ਕ੍ਰਿਟੀਕਲ ਥਿੰਕਿੰਗ ਨੂੰ ਕਿਵੇਂ ਡਿਵੈਲਪ ਕੀਤਾ ਜਾ ਸਕਦਾ, ਇਨਕੁਆਇਰੀ ਆ ਜਾਂਦੀ ਹੈ। ਉਸ ਤੋਂ ਬਾਅਦ ਪ੍ਰੋਬਲਮਸ ਆਫ ਟੀਚਿੰਗ ਸੋਸ਼ਲ ਸਾਇੰਸ ਉਹ ਆ ਜਾਂਦੀ ਹੈ। ਫਿਰ ਪ੍ਰੋਜੈਕਟ ਵਰਕ ਅਤੇ ਅਵੈਲੂਏਸ਼ਨ ਅਸੈਸਮੈਂਟ, ਇਸ ਨਾਲ ਰਿਲੇਟਡ ਜਿਹੜੇ ਕੁਐਸਚਨ ਹੈ ਉਹ ਆਉਂਦੇ ਹੈਗੇ। ਇਹ 5 ਤੋਂ 7 ਨੰਬਰ ਦੀ ਪੈਡਾਗੋਗੀ ਇਸ ਦੇ ਵਿੱਚ, ਵੱਧ ਤੋਂ ਵੱਧ 10 ਨੰਬਰ ਦੀ ਮਸਾਂ ਹੀ ਹੁੰਦੀ ਹੈ, 5-7 ਨੰਬਰ ਦੀ ਹੁੰਦੀ ਹੈ ਮੋਸਟਲੀ। ਸੋ ਇਹ ਸਾਡਾ ਜਿਹੜਾ ਆਪਣਾ ਹੈਗਾ ਹੈਗਾ ਸਟਰਕਚਰ ਅਤੇ ਸਿਲੇਬਸ SST ਦਾ। ਇਸ ਤੋਂ ਬਾਅਦ ਨੈਕਸਟ ਵੀਡੀਓ 'ਚ ਆਪਾਂ ਮੈਥ ਸਾਇੰਸ ਦੇ ਸਿਲੇਬਸ ਦੀ ਗੱਲ ਕਰਾਂਗੇ। ਉਸ ਤੋਂ ਬਾਅਦ ਆਪਣਾ ਜੋ ਵੀ ਆਰਟ ਐਂਡ ਕਰਾਫਟ, ਫਿਜ਼ੀਕਲ ਐਜੂਕੇਸ਼ਨ, ਉਰਦੂ, ਉਹਨਾਂ ਸਾਰੀਆਂ ਸਿਲੇਬਸ ਨੂੰ ਵੀ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗੇ। ਅਤੇ PDF ਤੁਸੀਂ ਸਾਡੇ ਡਾਊਨਲੋਡ ਕਰ ਸਕਦੇ ਹੋ ਟੈਲੀਗ੍ਰਾਮ ਗਰੁੱਪ ਅਤੇ ਵਟਸਐਪ ਗਰੁੱਪਸ ਦੇ ਵਿੱਚੋਂ, ਉੱਥੇ ਜਾ ਕੇ। ਸੋ ਜੁਆਇਨ ਜ਼ਰੂਰ ਕਰ ਲਿਓ, ਲਿੰਕ ਡਿਸਕ੍ਰਿਪਸ਼ਨ ਵਿੱਚ ਹੈ। ਹੁਣ ਲਈ ਇੰਨਾ ਹੀ, ਧੰਨਵਾਦ।